ਮੈਨੂੰ ਕਿਸੇ ਨੇ ਸੈਂਡ ਕੀਤਾ, ਲੋਕ ਕਹਿੰਦਾ ਤੂੰ ਨਿਮਰਤ ਦੀ ਅੰਗਰੇਜ਼ੀ ਨੂੰ ਐ ਕਰ ਰਿਹਾ, ਨਿਮਰਤ ਦਾ ਗਾਣਾ ਸੁਣ। ਮੈਂ ਕਿਹਾ ਇਹ ਕਿਹੜਾ ਨਿਮਰਤ ਗਾਣਾ, ਪਹਿਲਾਂ ਤਾਂ ਮੈਨੂੰ ਤੇਰੀ ਪਛਾਣ ਚ ਨਹੀਂ ਆਈ। ਜਦ ਮੈਂ ਦੇਖਿਆ ਮੈਂ ਕਿਹਾ ਹਾਂ ਨਿਮਰਤ ਗਾ ਰਿਹਾ, ਇੰਗਲਿਸ਼ ਗਾਣਾ ਗਾਉਂਦੀ ਹੈ। ਪੂਰਾ ਅੰਗਰੇਜ਼ੀ ਭਾਜੀ। ਮੈਂ ਸਭ ਕੁਝ ਛੱਡਤਾ, ਮੈਂ ਸਿਰਫ ਪੰਜਾਬੀ ਗਾਣੇ ਗਾਉਂਦੀ ਆ। ਨਹੀਂ ਉਹ ਤਾਂ ਸੁਣਾਓ ਸੁਣਾਓ, ਥੋੜੇ ਸੁਣਾ ਦੇ, ਥੋੜਾ ਅੰਗਰੇਜ਼ੀ ਸੀ ਥੋੜਾ ਜਿਹਾ ਥੋੜਾ। ਅਗਲੀ ਅਗਲੀ ਜੋੜੀ ਹਾਲੀਵੁੱਡ ਚ। ਹਾਂ ਸੁਣਾ ਦੇ ਬੜਾ ਜਿਹਾ ਫਿਰ। ਨਾ ਨਾ ਮੈਨੂੰ ਨੀ ਆਉਂਦਾ, ਚੇਤਾ ਭੁੱਲ ਗਿਆ। ਉਦੋਂ ਤਾਂ ਯੂਥ ਫੈਸਟੀਵਲ ਚ ਗਾਉਂਦੇ ਸੀ ਕੋਈ 7-8 ਸਾਲ ਪਹਿਲਾਂ, ਕੀ ਸੀ ਚੇਤਾ ਭੁੱਲ ਗਿਆ ਮੈਨੂੰ ਨੀ ਯਾਦ ਹੋਣਾ। 7-8 ਸਾਲ ਪੁਰਾਣੀਆਂ ਗੱਲਾਂ ਯਾਦ ਰਹਿੰਦੀਆਂ ਬੰਦੇ ਨੂੰ, ਝੂਠ ਬੋਲਦੀ ਵੀ ਤੂੰ ਫੜੀ ਸਰ ਜਾਂਦੀ ਗਿਆ। ਫਿਰ। ਨਾ ਨਾ ਪੱਕਾ ਪੱਕਾ ਸਰ, ਪੂਰਾ ਅੰਗਰੇਜ਼ੀ ਗਾਇਆ ਨੇ ਭਾਈ। ਮੈਂ ਕਿਤੇ ਮੈਨੂੰ WhatsApp ਆਇਆ ਸੀ ਜਿਵੇਂ ਗੱਲ ਚੇਂਜ ਕਰੋ, ਹੋਰ ਸੁਣਾਓ ਫਿਲਮ ਦੀ। ਫਿਲਮ ਦੀ ਗੱਲ, ਮੈਂ ਸਵਾਲ ਲਿਖੇ ਸਨ। ਹਾਂਜੀ ਭਾਈ। ਨਹੀਂ ਨਹੀਂ ਬਸ ਬਹੁਤ ਹੋ ਗਏ ਸਵਾਲ ਭਾਜੀ। ਨਹੀਂ ਨਹੀਂ ਮੈਂ ਵੈਸੇ ਕਹਿੰਦਾ ਸੀਗਾ ਕਿ ਗਾਣਾ ਨਿਮਰਤ ਜੋ ਅੱਜ ਗਾ ਗਿਆ ਉਹ ਸੁਣਾ ਦੋ, ਜਾਂ ਥੋੜਾ ਜਿਹਾ ਅੰਗਰੇਜ਼ੀ ਸੁਣਾ ਦੇ, ਕੁਝ ਸੁਣਾ ਦੇ। ਮੈਂ ਭੋਜਪੁਰੀ ਸੂਟ ਤੇ ਬੈਠੀ, ਸਾਰੇ ਮੇਰੇ ਵੱਲ ਵੇਖਣ ਦੇ, ਕੈਮਰਾ ਉਧਰ ਕੋਈ ਫੋਟੋ ਬੈਠਾ ਉਹ ਬਾਬਾ ਹੀ ਜਾਣੇ ਨੇ, ਰਹਿਣ ਦੇ ਪੀਣਾ ਕਮਾਈ ਸਾਨੂੰ ਜੰਗਲਾ ਦੇ ਬਾਬਾ ਜਾਣੇ। ਸੁਣਾ ਦੇ ਫਿਰ, ਗਾਣਾ ਸੁਣਾ ਦੇ ਕੋਈ। ਸੁਣਾਓ ਕੁੜੀ ਪਟਲੀ ਗੱਭਰੂਆ, ਗੱਲਾਂ ਸ਼ਹਿਦ ਵਰਗੀਆਂ ਮਿੱਠੀਆਂ ਮਿੱਠੀਆਂ ਕਰਕੇ ਵੇ, ਕੁੜੀ ਪਟਲੀ ਗੱਭਰੂਆ। ਬਹੁਤ ਅੱਛੇ ਭਾਜੀ, ਇੱਕ ਸਵਾਲ ਹੋ ਰਹੇ। ਹਾਂਜੀ ਸਰ, ਨਿਮਰਤ ਨੇ ਨਿਮਰਤ ਦੀ ਪਹਿਲੀ ਫਿਲਮ ਜਾਂ ਨਿਮਰਤ ਦੀਆਂ ਹੁਣ ਤੱਕ ਕਿਹੜੀਆਂ ਕਿਹੜੀਆਂ ਫਿਲਮਾਂ ਆਈਆਂ ਨੇ? ਭਾਜੀ ਨਿਮਰਤ ਦੀ ਅਫਸਰ, ਤੀਜਾ ਪੰਜਾਬ, ਲਾਹੌਰੀਆ, ਓਕੇ ਸੌਂਕਣ ਸੌਂਕਣੇ, ਚਾਰ 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 ਇੱਕ ਜੋੜੀ, ਪੰਜਵੇਂ ਗੱਲ ਤੇ ਭਾਜੀ ਸਾਰਾ ਪਤਾ ਸੀ। ਇਹ ਅਸੀਂ ਹੁਣੇ ਇੱਕ ਇੰਟਰਵਿਊ ਕੀਤਾ ਸੀ, ਉਹ ਚ ਮੈਨੂੰ ਰਟਾ ਤਾ ਕੁੜੀ ਨੇ। ਅੱਛਾ, ਨਿਮਰਤ ਭਾਜੀ ਦੀ ਪਹਿਲੀ ਟੇਪ ਦਾ ਨਾਮ? ਓਏ ਹੋਏ ਇਸ਼ਕ ਦਾ ਉੜਾ, ਆ ਲੈ ਤਾ ਕਮਾਲ ਹੋ ਗਈ ਸਾਰੀ ਨਵਾ। ਕੀ ਬਾਤ, ਇਹ ਤੇ ਸਵਾਲ ਮੇਰੇ ਉੱਠੇ ਨਹੀਂ। ਜਿੰਨੀ ਹੁਣ ਫਿਲਮ ਉੱਠ ਗਈ ਭਾਜੀ, ਹੁਣ ਹੋਰ ਨਹੀਂ ਕੁਝ ਉੱਠਣਾ ਹਲੇ। ਸ਼ੁਕਰ, ਥੈਂਕ ਯੂ ਗਾਇਸ, ਜਿਹੜੇ ਤੁਸੀਂ ਦੇਖਦੇ ਵੀ ਪਏ ਆ ਲਾਈਵ, ਜਾਂ ਜਿਹਨਾਂ ਨੇ ਬਾਅਦ ਚ ਵੀ ਦੇਖਣਾ, ਜਾਂ ਜਿਹੜੇ ਨੇ ਫਿਲਮ ਦੇਖ ਲਈ, ਬਹੁਤ ਥੈਂਕ ਯੂ, ਧੰਨਵਾਦ ਸਾਰਿਆਂ ਦਾ। ਇੱਦਾਂ ਦਾ ਰਿਐਕਸ਼ਨ ਇੱਦਾਂ ਤਾਂ ਸੀਗਾ ਭਾਜੀ ਕਿ ਜਦੋਂ ਇਹ ਉਹ ਰਿਐਕਸ਼ਨ ਸੀ ਜਦੋਂ ਮੈਂ 2020 ਚ ਫਿਲਮ ਦੇਖੀ ਸੀ। 2020 ਦੇ ਵਿੱਚ ਭਾਜੀ ਨੇ ਮੈਨੂੰ ਫਸਟ ਕੱਟ ਭੇਜਿਆ ਸੀ ਫਿਲਮ ਦਾ, ਤੇ ਜਦੋਂ ਮੈਂ 2020 ਚ ਫਸਟ ਕੱਟ ਦੇਖਿਆ ਸੀ, ਉਦੋਂ ਮੈਂ ਭਾਜੀ ਨੂੰ ਫੋਨ ਜਜ਼ਬਾਤੀ ਹੋ ਕੇ ਕੀਤਾ ਸੀ। ਮੈਂ ਭਾਜੀ ਇਹ ਕਲਟ ਬਣੂਗੀ ਫਿਲਮ, ਇਹ ਤੁਸੀਂ ਕੁਝ ਹੋਰ ਬਣਾਤਾ। ਮੈਨੂੰ ਤੁਹਾਡੇ ਲਫ਼ਜ਼ ਯਾਦ ਨੇ ਭਾਜੀ, ਇਸ ਲਈ ਕਿ ਭਾਜੀ ਕਹਿੰਦੇ ਕਿ ਭਾਜੀ ਜੇ ਤੁਸੀਂ ਮੇਰੇ ਕੋਲੇ ਹੁੰਦੇ ਤੇ ਮੈਂ ਤੁਹਾਨੂੰ ਘੁੱਟ ਕੇ ਜੱਫੀ ਜੱਫੀ ਪਾਉਣਾ। ਸੱਚੀ ਗੱਲ ਹੈ ਭਾਜੀ, ਉਹ ਉਹ ਜਿਹੜੀ ਉਹ ਫੀਲ, ਮੇਰਾ ਪਹਿਲੀ ਵਾਰੀ ਫਿਲਮ ਦੇਖ ਕੇ ਮੇਰਾ ਇਹ ਫੀਲ ਸੀ, ਮੈਂ ਜੇ ਤੁਸੀਂ ਮੇਰੇ ਕੋਲੇ ਜੋ ਜੋ ਅੱਜ ਘਰ ਘਰ ਮਾਹੌਲ ਹੈ ਫਿਲਮ ਬਣ ਗਈ ਹੈ ਨਾ ਭਾਜੀ। ਫਿਰ ਕਰੋਨਾ ਆ ਗਿਆ ਹੈ ਜੀ, ਫਿਰ ਹੋਰ ਫਿਰ ਰਿਲੀਜ਼ ਨਹੀਂ ਹੋਈ, ਫਿਰ ਡਰ ਫਿਰ ਡਰ ਡਰ ਪੈਣ ਲੱਗ ਪਿਆ ਕਿ ਯਾਰ ਲੋਕਾਂ ਨੂੰ ਕਿੱਦਾਂ ਦੀ ਲੱਗੂਗੀ ਕਿੱਦਾਂ ਦੀ ਲੱਗੂ, ਫਿਰ ਡਰ ਗਿਆ। ਫੇਲ ਹੁੰਦਾ ਹੈ, ਸ਼ੋਰ ਨਹੀਂ ਸੀ। ਹਾਂ ਸ਼ੋਰ ਨਹੀਂ ਸੀ, ਪਰ ਮੇਰੇ ਨਾਲ ਦੇ ਸ਼ੋਰ ਸੀ, ਜਿੱਦਾਂ ਜਿੰਨੇ ਨਾਲ ਦੇ ਬੰਦੇ ਉਹ ਸਾਰੇ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ। ਭਾਜੀ ਤੁਹਾਡੇ ਨਾਲ ਦੇ ਬੰਦੇ ਇੱਕ ਗੱਲ ਕਰਦੇ ਹੁੰਦੇ ਸਨ ਆਸਕਰ ਵਾਲੀ, ਹਾਂਜੀ ਹਾਂਜੀ, ਮੈਂ ਹਲੇ ਦੱਸਾਂਗਾ ਨਹੀਂ, ਪਰ ਅਵਾਰਡ ਨਹੀਂ ਪਰ ਨੇੜੇ ਭਵਿੱਖ ਚ ਕੁਛ ਦਿਨਾਂ ਜੀ ਉਹ ਸਾਡੇ ਵੱਲੋਂ ਇੱਕ ਹੈ, ਇਹ ਫਿਲਮ ਦੇ ਨਾਲ ਕਿਤੇ ਨਾ ਕਿਤੇ ਆਸਕਰ ਲਫ਼ਜ਼ ਜੁੜਨ ਵਾਲਾ ਹੈ। ਓ ਵੈਰੀ ਗੁੱਡ, ਕੀ ਬਾਤ ਆ, ਤਾਂ ਨਵਾਂ ਨਵਾਂ ਖੁਲਾਸਾ ਹੋ ਗਿਆ ਭਾਜੀ। ਜਿਹੜੀਆਂ ਨਿਊਜ਼ ਨੇ ਹੈ ਇਹ ਉਹੀ ਖੁਸ਼ਖਬਰੀ ਤੇ ਇਹ ਉਹੀ ਖੁਸ਼ਖਬਰੀ ਜਿਹੜੀ ਮੈਂ ਸਵੇਰੇ ਲਿਖ ਕੇ ਡਿਲੀਟ ਕਰਤੀ ਹੈ। ਮੈਂ ਰਹਿ ਗਿਆ ਨਿਮਰਤ ਨੂੰ, ਨਹੀਂ ਨਹੀਂ ਭਾਜੀ ਮੈਂ ਰਹਿ ਗਿਆ, ਮੈਨੂੰ ਪਤਾ ਲੱਗ ਗਿਆ, ਨਾ ਨਾ ਮੈਂ ਮੈਸੇਜ ਭੇਜਿਆ ਫਿਰ ਮੈਂ ਡਿਲੀਟ ਕਰਤਾ। ਪੜ੍ਹ ਲਿਆ? ਨਾ ਨਹੀਂ ਪੜ੍ਹਿਆ, ਇੰਨੀ ਫਾਸਟ ਕਿੱਥੇ ਹੈਗੀ ਮੈਂ, ਨਹੀਂ ਪੜ੍ਹਿਆ। ਤੇ ਕਿਤੇ ਨਾ ਕਿਤੇ ਕੁਝ ਦਿਨਾਂ ਚ ਉਹਨਾਂ ਵੱਲੋਂ ਹੋ ਗਿਆ, ਸਾਡੇ ਵੱਲੋਂ ਇੱਕ ਚੀਜ਼ ਬਾਕੀ ਹੈ। ਓਏ ਹੋਏ ਹੋਏ ਹੋਏ,
ਵੈਰੀ ਗੁੱਡ ਭਾਈ ਤੇ ਖੁਸ਼ਖਬਰੀ ਦਿੱਤੀ ਹੈ ਫਿਲਮ ਨਾਲ ਪੰਜਾਬੀ ਦੀ ਪਹਿਲੀ ਫਿਲਮ ਨਾਲ ਓਏ ਹੋਏ ਹੋਏ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਆਸਕਰ ਲਫ਼ਜ਼ ਜੁੜ ਜਾਏਗਾ ਵੈਰੀ ਗੁੱਡ ਕੀ ਬਾਤ ਹੈ ਬਹੁਤ ਅੱਛਾ ਤਾਂ ਬਹੁਤ ਵਧੀਆ ਖਬਰ ਦਿੱਤੀ ਆ ਤਾਂ ਖਲਾਸਾ ਹੋ ਗਿਆ उसे तरह फिल्म मेकर या फिल्म अपने सारे दा इस लाइन ने जुड़े बंद एक ऑस्कर ही हुंदा और यह अवार्ड की गल नहीं मैं कह रहा अवार्ड नहीं है कुछ है ठीक है यार क्लियर अभी अवार्ड नहीं है कुछ हो रहा है मेरा मुड़ के अवार्ड नहीं है ये सब थाने गल भी नहीं पता ये सिर्फ अंबर भाई नु पता गल नहीं हाले भाजी और नु दसया मैं किसी नु नहीं दसया जब तक जब श्योर होएगी उदो मैं ये खुलासा होएगा बट ये उन्ना वालों डन है वेरी गुड ये साडे वालों बाकी एक चीज भेजनी बाकी है बस ओह वेरी गुड शुक्र कोई नी चलो भाई फिल्म लोकां तक पहुंच गई पहले दिन तां मन उदास सी के फिल्म लगी नी जदों उदों थोड़ा जिहा मन उदास हो गया सी मैं सोचा ये सर की हो गया भी इदा तक कदे होया नहीं लाइफ च भी फिल्म रिलीज ना हुई होवे पहले दिन ते मन उदास होया फिर मैं उदन कुकड़ बनाया आप ही ते खादा रहा ना मैं तू बाद मोबाइल कर जटा फिर मैं उदा कोई कोई चीज इदा दी चाहिए जेड़ा जिंदे नाल मैं टाइम स्पेंड कर सका फिर मैं कुकिंग कीती खादा आराम ना बाहर बह के नठन उठन गया जवाब मिले निमर चार बजे पता लगा जो मैं लगा चार बजे पता मैं रोन लग पी झूठ हां रो के मैं थोड़ा सुकून हो जाता हूं फिर मैं अगले दिन मैं भी बाबा जी इनी मेहनत की चलो जो तुम करोगे ठीक ही करूंगा फिर अगले दिन होगी कल के डाना आ रही है फिल्म फिर ता मैं कहा हुन बढ़िया तरह प्रमोट करनी फिल्म बस आ गई बस उदे ना थोड़ा नुकसान ही होया कि किते ना किते जेड़ा भाई मंडियां सी ना ओथे बिकॉज़ टीवी न्यूज़ ही पहुंचदी है न्यूज़ वाले ता मैं देखया भाई 2 दिन लेट है मैं ट्विटर ते 3 दिन बाद भी यही लिखी गया कि फिल्म बैन हुई मैं 2-3 दिन ट्विटर ते यही लिखी गया सारा जवाब वो नहीं मैं भरावा लग गई है पहले दिन नहीं लगी और लग गई मैं ताड़ी ये 2 दिन पता नहीं लेट क्यों आ भाई टी इन्हां नु तां टीवी वालों तो उत्ते दी होना चाहिए मतलब ये तो पहला पता होनी चाहिए खबर ये लेट ने भाई खबर वाले ये तो सानू दस दे कि ताड़ा हो गया हैं बहुत ज्यादा न्यूज़ चली के नहीं आ रही फिल्म नहीं आ रही फिल्म चलो पहला चला ले ठीक है तुम कोई गल नहीं चला लो ਹਣਾ ਪਰ ਜਦੋਂ ਆ ਗਈ ਆ ਉਦੋਂ ਦਾ ਹਟ ਜੋ ਉਹ 2 ਦਿਨ ਬਾਅਦ ਵੀ ਮੈਂ ਟਵਿੱਟਰ ਤੇ ਹੀ ਲੜੀ ਗਿਆ ਮੈਂ ਕਿਹਾ ਯਾਰ ਉਹ ਆ ਗਈ ਉਹ ਨਾ ਓਏ ਪੁਰਾਣੀਆਂ ਖਬਰਾਂ ਨਾ ਲਾ ਓਏ ਬਾਸੀ ਖਬਰਾਂ ਨਾ ਲਾ ਪਤਾ ਨਹੀਂ ਭਾਜੀ ਜਿੱਥੇ ਇਹ ਨਾ ਨਿਊਜ਼ ਦਾ ਬੜਾ ਅਸਰ ਹੁੰਦਾ ਟੀਵੀ ਦਾ ਅਸੀਂ ਜਿੱਦਰ ਸਕਰੀਨਿੰਗ ਕੀਤੀ ਆ ਨਾ ਮੁਹਾਲੀ ਹਾਂਜੀ ਮਤਲਬ ਲਿਫਟ ਦੇ ਵਿੱਚ ਅੰਕਲ ਆਂਟੀ ਮਿਲੇ ਜਿਹੜੇ ਪੈਂਟ ਸ਼ਰਟ ਵਾਲੇ ਅੱਛੇ ਪੜ੍ਹੇ ਲਿਖੇ ਬਜ਼ੁਰਗ ਲੋਕ ਸਨ ਉਹਨਾਂ ਦਾ ਇਹ ਸੀ ਕਿ ਉਹ ਕਿੱਧਰ ਚੱਲੇ ਹੋ ਬੇਟਾ ਉਹ ਪਛਾਣ ਲਿਆ ਉਹਨਾਂ ਨੇ ਤੇ ਅਸੀਂ ਆਖਿਆ ਵੀ ਸਕਰੀਨਿੰਗ ਹੈ ਸਾਡੀ ਜੋੜੀ ਦੀ ਉਹ ਕਹਿੰਦੇ ਵੀ ਵਾਹ ਆਪ ਦੇ ਸਕਰੀਨਿੰਗ ਕਰ ਰਹੇ ਹੋ ਸਾਡੇ ਲਈ ਬੈਨ ਕਰਤੀ ਭਾਜੀ ਇਹ ਖਬਰ ਪਹਿਲੀ ਸੀ ਇਹ ਸੰਡੇ ਦੀ ਗੱਲ ਆ ਯੈਸ ਪਰ ਚਲੋ ਅੱਜ ਜਿਸ ਤਰ੍ਹਾਂ ਦਾ ਵਰਡ ਆਫ ਮਾਊਥ ਹੈ ਔਰ ਜਿੰਨੇ ਲੰਬੇ ਲੇਖ ਲਿਖੇ ਗਏ ਨੇ ਭਾਜੀ ਸ਼ੁਕਰ ਭਾਈ ਸ਼ੁਕਰ ਭਾਈ ਸ਼ੁਕਰ ਮੈਂ ਦੱਸਿਆ ਮੇਰੇ ਮੇਰੇ ਡੈਡ ਬਹੁਤ ਘੱਟ ਉਹਨਾਂ ਨੂੰ ਕੋਈ ਫਿਲਮਾਂ ਦਾ ਕੋਈ ਇਦਾਂ ਗੱਲ ਵੀ ਸਾਡੀ ਮਤਲਬ ਟੂ ਦਾ ਪੁਆਇੰਟ ਜੀ ਹੁੰਦੀ ਆ ਤੇ ਉਹ ਸਵੇਰੇ ਸਵੇਰੇ ਉੱਠੇ ਹੁਣ ਸੋਮਵਾਰ ਲੱਗੂ ਤੁਹਾਡੀ ਫਿਲਮ ਮੈਂ ਕਿਹਾ ਸੋਮਵਾਰ ਕਾਹਤੇ ਲੱਗੂਗੀ ਸਾਡੀ ਫਿਲਮ ਹੈ ਕਹਿੰਦੇ ਉਹ
ਸਟੇ ਲੱਗ ਗਿਆ ਤੁਹਾਡੇ ਤੇ ਮੈਂ ਕਿਹਾ ਜੀ ਅੱਛਾ ਤੇ ਪਤਾ ਨੀ ਕਿਵੇਂ ਹੁਣ ਗੱਲ ਪਹੁੰਚ ਜਾਂਦੀ ਨਾ ਉਹ ਫੋਨ ਚਲਾਉਂਦੇ ਆ ਬਹੁਤਾ ਖਬਰਾਂ ਸੁਣਦੇ ਹੁੰਦੇ ਮੈਂ ਕਹਿੰਦੇ ਹੁਣ ਸੋਮਵਾਰ ਲੱਗੂ ਮੈਂ ਕਿਹਾ ਜੀ ਚਲੋ ਠੀਕ ਆ ਮੈਂ ਬੋਲਿਆ ਨੀ ਕੁਛ ਹੁਣ ਪਹਿਲੇ ਵੈਸੇ ਦੁਖੀ ਬਹੁਤ ਸੀ ਤੇ ਚਲੋ ਰਾਤ ਨੂੰ ਫਿਲਮ ਲੱਗ ਗਈ ਸਵੇਰ ਨੂੰ ਉੱਠ ਕੇ ਸਭ ਤੋਂ ਪਹਿਲਾਂ ਰਿਵਿਊ ਵੀ ਉਹਨਾਂ ਨੇ ਦਿੱਤਾ ਮੈਨੂੰ ਅੱਛਾ ਤੇ ਮੈਂ ਸਵੇਰੇ ਬ੍ਰੇਕਫਾਸਟ ਬਣਾ ਰਿਹਾ ਸੀ ਉੱਪਰੋਂ ਆਏ ਕਹਿੰਦੇ ਫਿਲਮ ਦੀ ਬਹੁਤ ਤਾਰੀਫ ਆ ਬਈ ਕਹਿੰਦੇ ਫਿਲਮ ਬਹੁਤ ਵਧੀਆ ਹਾਸੇ ਵੀ ਹੈ ਬਹੁਤ ਸਾਰੇ ਤੇ ਮਤਲਬ ਇਮੋਸ਼ਨਲ ਵੀ ਹੈ ਫਿਲਮ ਦੀ ਲੋਕੀ ਬਹੁਤ ਤਾਰੀਫ ਕਰ ਰਹੇ ਆ ਕਹਿੰਦੇ ਦਿਲਜੀਤ ਦਾ ਕੰਮ ਵਧੀਆ ਨਿਮਰਤ ਦੀਆਂ ਅੱਖਾਂ ਬੋਲਦੀਆਂ ਮੈਂ ਕਿਹਾ ਲੈ ਅੱਛਾ ਬਹੁਤ ਮੈਂ ਕਿਹਾ ਮੇਰਾ ਤਾਂ ਠੀਕ ਹੀ ਹੁੰਦਾ ਕਹਿੰਦੇ ਨਿਮਰਤ ਦੀਆਂ ਅੱਖਾਂ ਬੋਲਦੀਆਂ ਤੋਂ ਪਹਿਲਾ ਰਿਵਿਊ ਵੀ ਮੈਨੂੰ ਡੈਡੀ ਨੇ ਦਿੱਤਾ ਸਵੇਰੇ ਉੱਠਦੇ ਸਾਰਿਆਂ ਪਰ ਉਹਨਾਂ ਤੱਕ ਵੀ ਇਹ ਗੱਲ ਪਹੁੰਚ ਗਈ ਸੀ ਕਿ ਫਿਲਮ ਜਿਹੜੀ ਆ ਉਹ ਨਹੀਂ ਲੱਗ ਰਹੀ ਸੋ ਨਿਊਜ਼ ਚਲੋ ਹੁਣ ਸਾਰਿਆਂ ਨੂੰ ਪਤਾ ਹੈ ਕਿ ਫਿਲਮ ਜਿਹੜੀ ਆ ਉਹ ਰਿਲੀਜ਼ ਹੋਈ ਹੈ ਇੰਡੀਆ 'ਚ ਪਹਿਲੇ ਦਿਨ ਨਹੀਂ ਹੋਈ ਦੂਜੇ ਦਿਨ ਪ੍ਰੋਪਰ ਰਿਲੀਜ਼ ਹੋ ਗਈ ਤੇ ਬਾਕੀ ਸ਼ੁਕਰ ਹੈ ਚਲੋ ਆਪਾਂ ਨੂੰ ਕੈਨੇਡਾ ਅਮਰੀਕਾ ਨੇ ਬਚਾ ਲਿਆ ਹੁਣ ਮੈਂ ਨਾ ਹਰ ਚੀਜ਼ ਰਿਵੀਲ ਕਰਦਾ ਚੰਗਾ ਨਹੀਂ ਲੱਗਦਾ ਨਹੀਂ ਕਰੋ ਕਰੋ ਭਾਈ ਕਰੋ ਸਾਰੀਆਂ ਕਰ ਦੇਣੀਆਂ ਤੁਸੀਂ ਦੱਸੋ ਕਰ ਦਿਓ ਓਵਰਸੀਜ਼ ਆਪਣਾ ਹੁਣ ਤੱਕ 18 ਲੱਖ ਹੋ ਚੁੱਕਿਆ ਉਹਨਾਂ ਦਾ ਡਾਲਰ 18 ਲੱਖ ਡਾਲਰ ਡਾਲਰ ਤੇ 13 ਕਿ ਚ ਕਿੰਨਾ ਕਰੋੜ ਹੋ ਜਾਂਦਾ ਬਾਈ 4 5 ਦਿਨ ਚ ਬਾਹਰੋ ਵਾਹ ਇਹ ਇਹ ਸਾਡੇ ਕੋਲ ਨਹੀਂ ਆਉਣਾ ਕੋਈ ਸਾਨੂੰ ਤੋਂ ਖਿਲਾ ਦੇ ਸਾਡੇ ਤੇ ਕੋਈ ਖਬਰ ਲਾ ਦੇਵੇ ਤੇ ਸਾਡੇ ਤੋਂ ਸ਼ਿਕਾਇਤ ਕਰਕੇ ਇਹ ਸਾਡੇ ਕੋਲ ਨਹੀਂ ਆਉਣਾ ਅਸੀਂ ਫਿਲਮ ਦੇ ਕਲਾਕਾਰ ਆ ਤੇ ਅਸੀਂ ਡਾਇਰੈਕਟਰ ਕਲਾਕਾਰ ਆ ਅਸੀਂ ਸਿਰਫ ਆਪਦੀ ਇੱਕ ਫੀਸ ਲਈ ਆ ਬਸ ਇਹ ਜਿਹੜਾ ਪੈਸਾ ਆ ਰਿਹਾ ਸਾਰਾ ਪ੍ਰੋਡਿਊਸਰਾਂ ਨੂੰ ਹੋਰ ਕੱਲ ਨੂੰ ਸਾਡੇ ਤੇ ਛਾਪਾ ਪਾ ਦੇ ਤੁਹਾਡੇ ਲੋਕ ਵਿਚਾਰ ਸੁਣਨਾ ਚਾਹੁੰਦੇ ਨੇ ਮੇਰੇ ਤਾਂ ਪਾਪਾ ਨੇ ਨਾ ਪਹਿਲੀ ਵਾਰੀ ਤਾਰੀਫ ਕੀਤੀ ਹੋਣੀ ਆ ਵੀ ਮੇਰਾ ਕੁਛ ਰਿਲੀਜ਼ ਹੋਇਆ ਜਿੱਦਾਂ ਮੈਂ ਕਈ ਵਾਰੀ ਗਾਣਾ ਭੇਜਦਾ ਤਾਂ ਕਹਿਣਗੇ ਹਾਂ ਠੀਕ ਆ ਮਤਲਬ ਕਦੀ 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 ਤਾਰੀਫ ਕਰਦੇ ਆ ਕਿਸੇ ਕਿਸੇ ਚੀਜ਼ ਦੀ ਤੇ ਐਰਕਾ ਫਿਲਮ ਵੇਖ ਕੇ ਉਹਨਾਂ ਨੇ ਤਾਂ ਉਦਣ ਹੀ ਦੇਖੀ ਫਰਾਈਡੇ ਨੂੰ ਜਿੱਦਣ ਲੱਗੀ ਆ ਰਾਤ ਨੂੰ ਸ਼ੋਅ ਦੇਖ ਲਿਆ ਮੇਰੇ ਪਾਪਾ ਨੇ ਤਾਰੀਫ ਕੀਤੀ ਕਹਿੰਦੇ ਆਹ ਫਿਲਮ ਬਹੁਤ ਜਿਆਦਾ ਸੋਹਣੀ ਸੀ ਮੈਂ ਕਿਹਾ ਬਸ ਪਾਪਾ ਨੂੰ ਪਸੰਦ ਆ ਗਈ ਹੁਣ ਨੀ ਆਪਾਂ ਕਿਸੇ ਤੋਂ ਪੁੱਛਣਾ ਠੀਕ ਆ ਸਾਰਿਆਂ ਦੇ ਪਾਪਾ ਦੀ ਗੱਲ ਹੋ ਗਈ ਤੇ ਮੈਂ ਵੀ ਦੱਸ ਦੇਵਾਂ ਤੁਸੀਂ ਵੀ ਆਪਣੇ ਪਾਪਾ ਦੀ ਗੱਲ ਕਰ ਲਓ ਜੀ ਮੈਂ ਵੀ ਆਪਣੇ ਡੈਡੀ ਦੀ ਦੱਸਤੀ ਤੁਸੀਂ ਵੀ ਦੱਸ ਦਿਓ ਭਾਈ ਉਹ ਨਾ ਫੇਸਬੁੱਕ ਤੇ ਉਹਨਾਂ ਨੇ ਪਾਇਆ ਵੀ ਸਾਰੀ ਕਾਸਟ ਦਾ ਸਾਰਿਆਂ ਦਾ ਬਹੁਤ ਸ਼ੁਕਰੀਆ ਬੜਾ ਧੰਨਵਾਦ ਔਰ ਬੜੀਆਂ ਵਧਾਈਆਂ ਉਹਨਾਂ ਦੇ ਥੱਲੇ ਐਵੇਂ ਕਿਸੇ ਨੇ ਕਮੈਂਟ ਪਾਇਆ ਕਿ ਹੋਰ ਤੇ ਕਿਸੇ ਰਾਈਟਰ ਦੀ ਤਾਰੀਫ ਕਰਦੇ ਨਹੀਂ ਆਪਣੇ ਬੱਚੇ ਦੀ ਬੜੇ ਕਰਦੇ ਤੁਹਾਡਾ ਭਲਾ ਹੋ ਜੇ ਤੁਹਾਡਾ ਭਲਾ ਹੋ ਜੇ ਪਰ ਉਹਦੇ ਥੱਲੇ ਫਿਰ ਭਾਜੀ ਇਹ ਫਿਲਮ ਦੀ ਤਾਕਤ ਹੈ ਕਿ ਉਹ ਪਾਪਾ ਨੂੰ ਬੋਲਣ ਦੀ ਲੋੜ ਨਹੀਂ ਪਈ ਬਟ ਜੋ ਲੋਕਾਂ ਨੇ ਉਹ ਕਿਹਾ ਕਿ ਯਾਰ ਹਨਾ ਵੀ ਔਰ ਮਾਂ ਬਾਪ ਨੂੰ ਹੱਕ ਹੁੰਦਾ ਹੈ ਜੀ ਆਪਣੇ ਬੱਚੇ ਦੀ 100% ਜੀ 100% ਉਹ ਤਾਂ ਹੋਰ ਦੱਸੋ ਇਨਕਾਰਨ ਕੀ ਔਰ ਚਾਹ ਕੀ ਹੁੰਦਾ ਜੀ ਇਹੀ ਚਾਹ ਹੁੰਦਾ ਰਹੇ ਕੋਈ ਜਿੱਦਾਂ ਕੋਈ ਬੰਦਾ ਕਿਸੇ ਦਾ ਅਫਸਰ ਲੱਗਦਾ ਸਾਡੀ ਅਸੀਂ ਅਫਸਰ ਥੋੜਾ ਲੱਗਣਾ ਸਾਡੀ ਫਿਲਮ ਲੱਗਣੀ ਹੈ ਸਾਡੀ ਤਾਂ ਫਿਲਮ ਲੱਗਣੀ ਹੈ ਤੋ ਚਾਹ ਸਾਨੂੰ ਰੇਟ ਪਤਾ ਬੰਦਾ ਚਾਹ ਦਾ ਹਾਂ ਭਾਜੀ ਹੋਰ ਉਹਨਾਂ ਦੀਆਂ ਤੇ ਹੀ ਖੁਸ਼ੀਆਂ ਨੇ ਹਾਂਜੀ 100% ਸੋ ਫਿਲਮ ਵੀ ਇਹੀ ਹੈ ਜੀ ਔਰ ਕਲਾਕਾਰ ਹਾਂ ਭਾਈ ਇਹ ਹੁਣ ਕੁਦਰਤੀ ਵੇਖੋ ਕਿ ਆਪਾਂ ਆਪਣੇ ਪੇਰੈਂਟਸ ਦੀ ਗੱਲ ਕਰ ਰਹੇ ਜੀ ਇਹੀ ਫਿਲਮ ਕਲਾਕਾਰਾਂ ਦੇ ਪੇਰੈਂਟਸ ਹੁੰਦੇ ਨੇ ਬੱਚੇ ਹੁੰਦੇ ਨੇ ਭੈਣ ਭਰਾ ਹੁੰਦੇ ਨੇ ਉਹ ਵੀ ਹਿਊਮਨ ਹੁੰਦੇ ਹੈ ਸੋ ਇਹੀ ਇਸ ਫਿਲਮ ਦੀ ਆਪਣੀ ਦੀ ਗੱਲ ਆ ਕਿ ਮੈਂ ਕਿਤੇ ਕਹਿ ਰਿਹਾ ਸਾਂ ਵੀ ਉਹ ਭੈਣ ਦਾ ਜਿਹੜਾ ਕਿਰਦਾਰ ਹੈ ਆਪਣੇ ਗਾਣੇ ਪਾਸ ਕਰਾਉਣੇ ਆ ਤੇ ਭੈਣ ਕੋਲੋਂ ਕਰਾਉਣੇ ਆ ਇਹ ਲੋਕਾਂ ਨੂੰ ਏਦਾਂ ਲੱਗਦਾ ਹੁੰਦਾ ਵੀ ਸ਼ਾਇਦ ਕਲਾਕਾਰ ਤਾਂ ਇੱਕ ਰੋਬੋਟ ਹੈ ਸ਼ਾਇਦ ਹਨਾ
भी उन्होंने कोई इमोशन या रिश्ते या नहीं होंगे, इसलिए बहुत जल्दी टारगेट हो जाते हैं, बना ले जाते हैं। बट मैं लगता जी ये फिल्म तो बाद एक कलाकार अंदरूनी टुट भज की लोगों को अहमियत पता लगेगी और उन्होंने बारे नॉलेज होगी। हाँ यार ये भी इन्हों भी असर होंगे चीजा नहीं 100% भाई। मैं जिन्हें रिव्यू देखता सी वो...